ਗਏ ਸੀ ਵੇਚਾ। ਚੰਗਾ ਭਲਾ ਮੈਂ ਬੋਲੀ ਜਾਂਦਾ ਸੀ, ਮਾੜੀ ਕਿਸਮਤ ਕਿਹੜਾ ਪੁੱਛ ਕੇ ਆਉਂਦੀ ਹੈ। 20 ਸਕਿੰਟ ਹੋਰ ਖੜ ਜਾਂਦੀ ਤਾਂ ਮੈਂ ਬਹਿ ਜਾਂਦਾ, ਪਰ ਚੱਲਦੀ ਕਢਾਲੀ ਕਲਾੜੀ ਚ ਹੱਥ ਦੇ ਲਿਆ। ਮੈਂ ਜਨਰਲ ਡਾਇਰ ਬਾਰੇ ਬੋਲੀ ਜਾਂਦਾ ਸੀ, ਮੈਂ ਕਿਹਾ ਉਹਨੇ ਰੋਟੀ ਕਿੱਥੇ ਖਾਧੀ ਸੀ, 1000 ਬੰਦਾ ਮਾਰ ਕੇ ਜਲਿਆਂ ਵਾਲੇ ਬਾਗ ਚ, ਉਧਰੋਂ ਤੁਰੀ ਆਵੇ। ਮੈਂ ਕਿਹਾ ਆ ਗਈ, ਆਉਂਦੀ ਪੁੱਛੋ ਇਹਨੂੰ ਕਿਹਨਾਂ ਦੇ ਘਰੇ ਰੋਟੀ ਖਾਧੀ ਸੀ। ਇਹਨੇ ਦਾਦੇ ਦੇ ਘਰੇ ਡਿਨਰ ਕੀਤਾ ਸੀ, ਡਿਨਰ ਡਿਨਰ ਡਿਨਰ। ਕੋਈ ਜਵਾਬ ਜੀ ਤੂੰ ਕਰਨ ਲੱਗ ਗਈ। ਮੈਂ ਕਿਹਾ ਦੱਸ, ਕੱਲਾ ਡਿਨਰ ਨੀ, ਬਾਅਦ ਚ ਸਰੋਪਾ ਵੀ ਦਵਾਤਾ ਸੀ ਦਰਬਾਰ ਸਾਹਿਬ ਤੋਂ, ਮਾਫ਼ੀ ਕਰਾਤਾ ਸੀ। ਦੱਸ ਚੱਲ ਕਹਿ ਮੈਂ ਝੂਠ ਬੋਲਦਾ, ਕਿੱਥੋਂ ਕਹੂਗੀ ਝੂਠ ਜਦੋਂ ਗੱਲ ਹੀ ਸੱਚੀ ਹੈ। 100 ਸਾਲ ਪੁਰਾਣੀ ਗੱਲ ਹੈ, ਕਿੰਨੀ ਕੁ ਪੁਰਾਣੀ ਗੱਲ ਹੈ। ਮੈਂ ਤਾਂ ਇਹਨਾਂ ਦੀਆਂ ਵੀਰੋ ਬੱਖੀਆਂ ਢੇਡ ਦੂੰ, ਮੈਂ ਨਹੀਂ ਛੱਡਦਾ ਨਾ, ਮੇਰੇ ਕੋਲ ਸਾਰੇ ਚਿੱਠੇ ਪਏ। ਪਹਿਲਾਂ 20 ਸਾਲ ਕੈਸਟਾਂ 'ਚ ਇਹੀ ਕੀਤਾ, ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ। ਬਸ ਤੁਸੀਂ ਥੱਲੇ ਆਪਦਾ ਪਿੰਡ ਪੱਧਰ ਤੇ ਬਲਾਕ ਪੱਧਰ ਤੇ ਕਮੇਟੀਆਂ ਕਮੂਟੀਆਂ ਜਿਹੀਆਂ ਬਣਾ ਲਿਓ ਵੀ ਬੂਥ ਤੇ ਕੌਣ ਬੈਠੂਗਾ, ਮਾਵਾਂ ਨੂੰ ਜਿਹੜੇ ਵੋਟਾਂ ਪਾਉਣ ਵੇਲੇ ਦਿੱਕਤਾਂ ਆਉਂਦੀਆਂ ਨੇ ਟਰੈਕਟਰਾਂ ਜੀਪਾਂ ਕਾਰਾਂ ਨਹੀਂ, ਪੋਲਿੰਗ ਬੂਥਾਂ ਤੇ ਕੌਣ ਲਿਜਾਊਗਾ, ਕੌਣ ਇਲਾਕੇ ਦਾ ਪ੍ਰਧਾਨ ਹੋਊਗਾ, ਲੜਿਓ ਨਾ ਆਪਸ 'ਚ ਵੀ ਉਹ ਗਰਮੇਲ ਕਿਉਂ ਲਾਤਾ, ਭੋਲਾ ਕਿਉਂ ਨਹੀਂ ਲਾਇਆ, ਇਸ ਚੱਕਰ 'ਚ ਨਾ ਪਿਓ, ਥੱਲੇ ਵਾਲਾ ਕੰਮ ਸਾਂਭ ਲਓ। ਤਾਂ ਮੈਂ ਇਕੱਲਾ ਹੀ ਬਹੁਤ ਹਾਂ, ਇਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾ ਰੱਖੀ, ਕੋਈ ਨਹੀਂ ਬੋਲਦਾ। ਜਿੰਦਾਬਾਦ, 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 ਜਿੰਦਾਬਾਦ ਤੇਰੀ ਸੋਚ ਤੇ।